ਪੰਜਾਬ ਸਰਕਾਰ ਨੇ ਕਰੋਨਾ ਇਲਾਜ ਦੇ ਨਾਂ ਤੇ ਪ੍ਰਾਈਵੇਟ ਹਸਪਤਾਲਾ ਵੱਲੋਂ ਮੁਨਾਫਕ ਹੋ ਰਹੀ ਤੇ ਰੋਜਾਂ ਦੀ ਰੋਕ ਲਗਾਉਣ ਲਈ ਕਰੋਨਾ ਇਲਾਜ ਦੀ ਰੇਟ ਤੈ ਕੀਤੇ ਹਨ ਇਸ ਬਾਰੇ ਐਲਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਕਰੋਨਾ ਦੀ ਸਥਿਤੀ ਦੀ ਸਮੀਖਿਆ ਦੌਰਾਨ ਕੀਤਾ ਗਿਆ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਕੋਵਿਡ-19 ਦੇ ਇਲਾਜ ਲਈ ਦਰਾਂ ਨੂੰ ਅੰਤਮ ਰੂਪ ਡਾਕਟਰ ਕੇਕੇ ਤਲਵਾਰ ਕਮੇਟੀ ਵੱਲੋਂ ਦਿੱਤਾ ਗਿਆ ਹੈ ਇਹ ਨਵaste ਦਰਾਂ ਤੈ ਕੀਤੀਆਂ ਗਈਆਂ ਨੇ ਉਹਨਾਂ ਵਿੱਚ ਇਕਾਂਤਵਾਸ ਬੈਡ ਆਈਯੂਸੀ ਲਾਰਜ ਅਤੇ ਹਸਪਤਾਲ ਦੇ ਖਰਚੇ ਸ਼ਾਮਲ ਹਨ ਇਹ ਦਰਾਂ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਪ੍ਰਤੀ ਦਿਨ ਦੇ ਆਧਾਰ ਤੇ ਤੈ ਕੀਤੀਆਂ ਗਈਆਂ ਹਨ ਹਲਕੀ ਬਿਮਾਰੀ ਦੀ ਸੂਰਤ ਵਿੱਚ ਆਈਸੋਲੇਟਿਡ ਬੈਡ ਅਤੇ ਆਕਸੀਜਨ ਨਾਲ ਦੀ ਲੋੜ ਪੈਣ ਤੇ ਪ੍ਰਾਈਵੇਟ ਮੈਡੀਕਲ ਕਾਉਂਚਾ ਐਨਏਬੀਐਚ ਪ੍ਰਾਈਵੇਟ ਹਸਪਤਾਲਾ ਲਈ ਪ੍ਰਤੀ ਦਿਨ 10000 ਰੁਪਏ ਦੀ ਦਰ ਤੈ ਕੀਤੀ ਗਈ ਹੈ ਜਦਕਿ ਹਸਪਤਾਲਾਂ ਨੂੰ ਮਾਨਤਾ ਦੇਣ ਬਾਰੇ ਕੌਮੀ ਬੋਰਡ ਵੱਲੋਂ ਮਾਨਤਾ ਪ੍ਰਾਪਤ ਹਸਪਤਾਲਾਂ ਜਨਾਂ ਵਿੱਚ ਪ੍ਰਾਈਵੇਟ ਮੈਡੀਕਲ ਕਾਲਜ ਵੀ ਆਉਂਦੇ ਨੇ ਉਹਨਾਂ ਲਈ ਅਜਿਹੀਆਂ ਸਹੂਲਤਾਂ ਲਈ ਪ੍ਰਤੀ ਦਿਨ 9000 ਰੁਪਏ ਦੀ ਦਰ ਤੈਅ ਕੀਤੀ ਗਈ ਹੈ ਜਦਕਿ ਗੈਰ NABH ਮਾਨਤਾ ਪ੍ਰਾਪਤ ਹਸਪਤਾਲਾਂ ਲਈ ਇਹਨਾਂ ਸਹੂਲਤਾਂ ਵਾਸਤੇ ਪ੍ਰਤੀ ਦਿਨ 8000 ਰੁਪਏ ਦਾ ਰੇਟ ਤੈਅ ਕੀਤਾ ਹੈ ਜਿਆਦਾ ਬਿਮਾਰੀ ਦੀ ਸੂਰਤ ਵਿੱਚ ਉੱਪਰਲੀ ਸ਼੍ਰੇਣੀ ਦੇ ਹਸਪਤਾਲਾਂ ਵਿੱਚ ਬਿਨਾ ਵੈਂਟੀਲੇਟਰ ਤੋਂ ਆਈ ਸੀ ਯੂ ਦੀ ਸਹੂਲਤ ਲਈ 15000 ਦੂਜੀ ਸ਼੍ਰੇਣੀ ਲਈ 14000 ਜਦ ਕਿ ਤੀਜੀ ਸ਼੍ਰੇਣੀ ਲਈ 13000 ਰੁਪਏ ਤੋ ਵੱਧ ਨਹੀਂ ਵਸੂਲੇ ਜਾ ਸਕੇਗਾ। ਇਸੇ ਤਰ੍ਹਾਂ ਬਹੁਤ ਹੀ ਜ਼ਿਆਦਾ ਗੰਭੀਰ ਹਾਲਤ ਵਾਲੇ ਕੋਰੋਨਾ ਮਰੀਜ਼ਾਂ ਲਈ ਸਭ ਤੋਂ ਉੱਪਰਲੀ ਸ਼੍ਰੇਣੀ ਦੇ ਹਸਪਤਾਲਾਂ ਵਾਸਤੇ 18000 ਦੂਜੇ ਨੰਬਰ ਦੀ ਸ਼੍ਰੇਣੀ ਦੇ ਹਸਪਤਾਲਾਂ ਲਈ 16500 ਜਦ ਕਿ ਤੀਜੀ ਸ਼੍ਰੇਣੀ ਦੇ ਹਸਪਤਾਲਾਂ ਲਈ 15000 ਰੁਪਏ ਪ੍ਰਤੀ ਦਿਨ ਵਸੂਲਣ ਦੀ ਸੀਮਾ ਤੈਅ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹਨਾਂ ਸਾਰੀਆਂ ਦਰਾਂ ਵਿੱਚ ਪੀਪੀਈ ਦੀ ਕੀਮਤ ਵੀ ਸ਼ਾਮਲ ਕੋ ਵੀ ਕੀਤੀ। ਪ੍ਰਾਈਵੇਟ ਹਸਪਤਾਲਾਂ ਵੱਲੋਂ ਕੋਰੋਨਾ ਵਾਇਰਸ ਕਾਰਨ ਹਲਕੀ ਬਿਮਾਰੀ ਵਾਲੇ ਮਾਮਲਿਆਂ ਦੇ ਇਲਾਜ ਨੂੰ ਉਤਸ਼ਾਹਿਤ ਕਰਨ ਲਈ ਡਾਕਟਰ ਤਲਵਾਰ ਕਮੇਟੀ ਨੇ ਅਜਿਹੇ ਮਾਮਲੇ ਲਈ ਵੱਖ-ਵੱਖ ਹਸਪਤਾਲਾਂ ਦੀ درجہਬੰਦੀ ਦੇ ਅਧਾਰ ਤੇ ਪ੍ਰਤੀ ਦਿਨ 550 ਤੋਂ 4500 ਰੁਪਏ ਦੀ ਦਰ ਅਤਿਕੀਤ ਹੈ ਹਨ। ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਲਈ ਕੋਵਿਡ-19 ਦੇ ਇਲਾਜ ਲਈ ਦਰਾਂ ਤੈਅ ਕਰਨ ਦਾ ਫੈਸਲਾ ਇਹਨਾਂ ਹਸਪਤਾਲਾਂ ਵੱਲੋਂ ਕਰੋਨਾ ਇਲਾਜ ਤੇ ਬਹੁਤ ਜ਼ਿਆਦਾ ਪੈਸਾ ਵਸੂਦਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਪਿਆ ਹੈ ਮੁੱਖ ਮੰਤਰੀ ਨੂੰ ਦੇਜੀ ਤੌਰ ਤੇ ਵੀ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਜਿਸ ਤੋਂ ਬਾਅਦ ਉਹਨਾਂ ਡਾਕਟਰ ਤਲਵਾਰ ਕਮੇਟੀ ਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਮਾਮਲੇ ਦੀ ਜਾਂਚ ਕਰਨ ਤੇ ਪ੍ਰਾਈਵੇਟ ਹਸਪਤਾਲਾਂ ਲਈ ਚਰਚਾ ਤੋਂ ਬਾਅਦ ਰੇਟ ਤੈਅ ਕਰਨ ਦੇ ਨਿਰਦੇਸ਼ ਦਿੱਤੇ